ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਸ਼ਾਮ ਸਾਡੇ ਲਈ ਬਹੁਤ ਵਧੀਆ ਜੀ। ਫਗਵਾੜੇ ਘਰੇ ਬੈਠੇ ਹਾਂ, ਮਿੱਤਰ ਪਿਆਰੇ ਮਿਲਣ ਆਏ ਆ, ਤੇ ਉਹਨਾਂ ਵਿੱਚ ਅਮਰਤ ਮਾਨ ਜੀ ਤੇ ਇੱਧਰ ਆਪਣੇ ਨਰਿੰਦਰ ਬਾਚ, ਬਹੁਤ ਅੱਛੀ ਕਲਮ ਪੰਜਾਬ ਦੀ, ਸਾਡੇ ਬਹੁਤ ਪਿਆਰੇ ਮਿੱਤਰ, ਤੇ ਏਕ ਨੂਰ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਰਣਜੀਤ ਰਾਣਾ ਜੀ ਹਮੇਸ਼ਾ ਦੀ ਤਰ੍ਹਾਂ ਨਾਲ ਹੀ ਹੁੰਦੇ ਆ, ਤੇ ਬਾਕੀ ਸਾਰੇ ਮਿੱਤਰ ਗੋਕੀ ਉਲਾ ਵੀਰ ਆਏ ਮਾਨ ਸਾਹਿਬ ਦੇ ਕਲਾਸ ਕਰ ਰਹੇ ਪਿੰਡ ਨੂੰ, ਤੇ ਸਾਰਿਆਂ ਨੇ ਬੜਾ ਵਧੀਆ ਲੱਗ ਰਿਹਾ ਤੇ ਮਹਿਫਲ ਲੱਗੀ ਹੋਈ ਹੈ, ਤੇ ਹੁਣ ਫਿਰ ਇਹਨਾਂ ਨੂੰ ਬੇਨਤੀ ਕੀਤੀ ਸਾਰਿਆਂ ਨੂੰ ਕੁਛ ਨਾ ਕੁਛ ਤੇ ਆਡੀਅੰਸ ਨਾਲ ਸਾਰੇ ਸੁਣਾਉਂਦੇ ਹਨ, ਸਟੇਜਾਂ 'ਤੇ ਪਰਫੋਰਮ ਕਰਦੇ ਹਨ, ਅਤੇ ਅੱਜ ਇੱਕ ਮਿੱਤਰਾਂ ਵਾਲੀ ਮਹਿਫਲ ਹੈ, ਅਤੇ ਬੜੀ ਚਿਰ ਬਾਅਦ ਨਸੀਬ ਹੁੰਦੀ ਹੈ ਆਪਾਂ ਸਾਰਿਆਂ ਨੂੰ, ਅਤੇ ਇਹਨਾਂ ਬੇਨਤੀ ਕੀਤੀ ਕਿ ਸਾਰੇ ਕੁਛ ਨਾ ਸੁਣਾ ਰਹੇ ਆ, ਰਾਜ ਸਾਹਿਬ ਨੇ, ਸਿੱਧੂ ਸਾਹਿਬ ਨੇ, ਅਮਰਤ ਮਾਨ ਨੇ, ਅਤੇ ਰਾਣਾ ਜੀ ਤੁਸੀਂ ਮਹਾਰਾਜ ਹੋ ਕੇ ਅਤੇ ਆਪਣਾ ਕੁਛ ਨਾ ਕੁਛ। ਥੈਂਕ ਯੂ ਜੀ, ਪਹਿਲਾਂ ਵੈਲਕਮ ਮਹਾਰਾਜ ਤੁਹਾਡਾ ਵਾਰ ਸਾਹਿਬ ਸਿੱਧੂ ਭਾਅ ਜੀ। ਥੈਂਕ ਯੂ ਜੀ, ਕਿਆ ਬਾਤ ਹੈ ਮਹਾਰਾਜ, ਮਤਲਬ ਕਹਿਣ ਵਾਲੀ ਗੱਲ ਕੋਈ ਵੀ ਨਹੀਂ ਹੈ ਨਾ, ਕਿਤੇ ਵੀ ਸਾਰੀ ਦੁਨੀਆ ਜਾਣਦੀ ਆ, ਅਤੇ ਅਸੀਂ ਬਾਬਾ ਜੀ ਦੇ ਚਰਨਾਂ 'ਚ ਰਹਿੰਦੇ, ਇਹ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ, ਹੈ ਨਾ, ਸ਼ੁਕਰਗੁਜ਼ਾਰ ਹਾਂ। ਅਤੇ ਮੈਂ ਬਾਬਾ ਜੀ ਦੀਆਂ ਉਹ ਦੇਖੇ ਜਿਹੜੀਆਂ ਤੁਹਾਡੀ ਸਿੱਧੂ ਜੀ ਬੋਲੇ ਨਾ, ਉਹ ਭਗਤ ਨੂੰ ਆਖ ਹਰਨੇ ਪੈਂਦੇ ਹੁੰਦੇ, ਫਤ ਸੱਜਣਾ ਨੇ ਲਾਏ ਦੇ ਬੀਜ ਨੇ ਮੁੜ ਨਹੀਂ ਆਉਣਾ, ਉਹਦੀ ਯਾਦ ਵੀ ਕਾਨੂੰ ਉਹਦੀ ਯਾਦ ਵੀ ਕਾਨੂੰ ਆਏ, ਕਦੇ ਤੈਨੂੰ ਵੀ ਸਾਡੀ ਯਾਦ ਆਈ ਨੀ, ਨਿੱਤ ਯਾਦ ਆਉਣ ਵਾਲੀਏ, ਉਹ ਜਾਂਦੀ ਅੱਖ ਨਾ ਹੋ ਜਾਂਦੀ ਅੱਖ ਨਾ ਵੈਰ ਨੇ ਲਾਈ ਨੀ, ਆਸੇ ਪਾਣੀ ਲਾਉਣ ਵਾਲੀਏ, ਕਦੇ ਤੈਨੂੰ ਵੀ ਸਾਡੀ ਯਾਦ ਆਈ ਨੀ, ਨਿੱਤ ਯਾਦ ਆਉਣ ਵਾਲੀਏ ਨੀ, ਨਿੱਤ ਯਾਦ ਆਉਣ ਵਾਲੀਏ ਨੀ, ਨਿੱਤ ਯਾਦ ਆਉਣ ਵਾਲੀ। ਇੱਕ ਅੰਤਰਾ ਮੈਂ ਸਪੈਸ਼ਲ ਕਹਿਣਾ ਬਾਰ ਸਾਹਿਬ, ਕਿਉਂਕਿ ਤਿੰਨ ਅੰਤਰੇ ਰਿਕਾਰਡ ਕਰਾਏ ਸੀ, ਚੌਥਾ ਅਸੀਂ ਕਰਾਇਆ ਨਹੀਂ, ਪਰ ਮੈਨੂੰ ਬਹੁਤ ਕੁਝ ਸੁਣਨਾ ਪੈਂਦਾ ਉਹਦੇ ਲਈ, ਉਹ ਸਪੈਸ਼ਲ ਕਹਿੰਦਾ ਤੁਸੀਂ ਚਿੱਤ ਕਰੇ ਤੇਰੇ ਉੱਤੇ ਕੇਸ ਮੈਂ ਚਲਾ ਦਿਆਂਗਾ, ਦਫਾ ਤੇਰੀ ਡਾਡੀ ਤੇਰੇ ਤੇ ਲਵਾ ਦਿਆਂ, ਦਫਾ ਤੇਰੇ ਜਿਹੀ ਡਾਡੀ ਤੇਰੇ ਤੇ ਲਵਾ ਦਿਆਂ, ਉੱਤੋਂ ਦੇਵਾਂ ਫੇਰ ਓਏ ਉੱਤੋਂ ਦੇਵਾਂ ਫੇਰ, ਆਪ ਮੈਂ ਗਵਾਈ ਨੀ ਕਤਲ ਕਰਾਉਣ ਵਾਲੀਏ, ਕਦੇ ਤੈਨੂੰ ਵੀ ਸਾਡੀ ਯਾਦ ਆਈ ਨੀ, ਨਿੱਤ ਯਾਦ ਆਉਣ ਵਾਲੀਏ ਨੀ, ਨਿੱਤ ਯਾਦ ਆਉਣ ਵਾਲੀਏ ਨੀ, ਨਿੱਤ ਯਾਦ ਆਉਣ ਵਾਲੀਏ, ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ, ਤੇਰੀ ਫੋਟੋਆਂ ਨੂੰ ਦੇਵੀ ਹੁਣ ਚੁੱਪ ਹੋ ਗਿਆ, ਤੇਰੀ ਫੋਟੋਆਂ ਨੂੰ ਦੇਵੀ ਹੁਣ ਚੁੱਪ ਹੋ ਗਿਆ, ਉਹ ਕਿਤੋਂ ਮਿਲਦੀ ਨਾ ਇਹਨਾਂ ਦੀ ਦਵਾਈ ਨੀ, ਕਸੂਤੇ ਰੋਗ ਲਾਉਣ ਵਾਲੀਏ, ਕਦੇ ਤੈਨੂੰ ਵੀ ਸਾਡੀ ਯਾਦ ਆਈ ਨੀ, ਨਿੱਤ ਯਾਦ ਆਉਣ ਵਾਲੀਏ ਨੀ, ਨਿੱਤ ਯਾਦ ਆਉਣ ਵਾਲੀਏ ਨੀ, ਨਿੱਤ ਯਾਦ ਆਉਣ ਵਾਲੀਏ। ਮੈਨੂੰ ਬਹੁਤ ਪਸੰਦ ਆ, ਥੋੜਾ ਜਿਹਾ ਰੰਗ ਹੋ ਜਾਂਦਾ ਚੇਂਜ ਆਪਣੇ ਹਿਸਾਬ ਨਾਲ।